ਮਿਸਟਰ ਸਿੰਘ ਪ੍ਰੋਡਕਸ਼ਨਸ ਪ੍ਰੈਜ਼ੈਂਟਸ ਅਦਬ ਤੇ ਸਤਿਕਾਰ ਨਾਲ ਗੁਰਫਤਿਹ ਅਰਜ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਤੁਹਾਡੇ ਉੱਪਰ ਨਦਰੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਗੁਰੂ ਚਰਨਾਂ ਵਿੱਚ ਸਜੇ ਬੈਠੇ ਹੋ, ਸਤਿਗੁਰੂ ਦਾ ਪਿਆਰ ਲੈ ਰਹੇ ਹੋ। ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ 10 ਗੁਰੂ ਸਾਹਿਬਾਨ ਦੇ ਜੋਤ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਜੀ। ਤੁਸੀਂ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਬੈਠੇ ਹੋ, ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉੱਥੇ 10 ਗੁਰੂ ਸਾਹਿਬਾਨ ਹਾਜ਼ਰ ਨਾਜ਼ਰ ਹੁੰਦੇ ਨੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਪਾਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਅਕਾਲ ਪੁਰਬ ਵਾਹਿਗੁਰੂ ਦੀ ਕੀਰਤੀ ਕਰਨੀ, ਉਸਦੀ ਸਿਫਤ ਸਲਾਹ ਕਰਨੀ, ਉਸਦੀ ਬੜਿਆਈ ਕਰਨੀ, ਉਸਦੀ ਉਸਤ ਕਰਨੀ, ਉਸਦੀ ਸ਼ੋਭਾ ਕਰਨੀ, ਮਨੁੱਖ ਦੇ ਜੀਵਨ ਦਾ ਸਭ ਤੋਂ ਉੱਚਾ ਕਰਮ ਹੈ। ਕਹੋ ਨਾਨਕ ਤਿਸ ਪਾਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਮਿਲਦਾ ਉਸਨੂੰ ਹੈ ਜਿਹਨੇ ਪੂਰਵਲੇ ਜਨਮ ਵਿੱਚ ਕੋਈ ਚੰਗਾ ਲਹਿਣਾ ਜਮ੍ਹਾਂ ਕਰਾਇਆ ਹੋਵੇ। ਸਾਰੇ ਨਹੀਂ ਕਰ ਸਕਦੇ, ਸੰਗਤੀ ਰੂਪ ਵਿੱਚ ਤੁਸੀਂ ਬੈਠੇ ਹੋ, ਤੁਹਾਡੇ 'ਚ ਬਹੁਤ ਸਾਰੇ ਨਿਤਨੇਮੀ ਹੋਣਗੇ, ਬਹੁਤ ਸਾਰੇ ਸੁਖਨੀ ਸਾਹਿਬ ਦੇ ਨਿਤਨੇਮੀ ਹੋਣਗੇ, ਬਹੁਤ ਸਾਰੇ ਚੌਪਈ ਸਾਹਿਬ ਦੇ ਨਿਤਨੇਮੀ ਹੋਣਗੇ। ਮੈਂ ਇੱਕ ਬੇਨਤੀ ਕਰਾਂ, ਸਤਿਗੁਰੂ ਦੀ ਨਜ਼ਰੇ ਰਹਿਮਤ ਸੰਗਤੀ ਰੂਪ ਵਿੱਚ ਜਦੋਂ ਇਕੱਠੇ ਹੋ ਕੇ ਉਸਦੀ ਸਿਫਤ ਸਲਾਹ ਕਰਦੇ ਹੋ ਨਾ, ਉਸਦੀ ਸ਼ੋਭਾ ਦੁੱਗਣੀ ਹੋ ਜਾਂਦੀ ਹੈ। ਜੇ ਤੁਸੀਂ 10,000 ਸੰਗਤ ਬੈਠੇ ਹੋ ਨਾ, ਅਤੇ ਇੱਥੋਂ ਰਾਗੀ ਜਥਾ ਤੁਹਾਡੇ ਕੋਲ ਵਾਹਿਗੁਰੂ ਦਾ ਉਚਾਰਨ ਕਰਵਾਉਂਦਾ, ਤਾਂ ਤੁਸੀਂ 10,000 ਵਾਰ ਵਾਹਿਗੁਰੂ ਬੋਲਦੇ ਹੋ। ਉਹ ਜੇ 10 ਵਾਰ ਕਹਿੰਦਾ ਤਾਂ ਤੁਸੀਂ 10,000 ਨੂੰ 10 ਨਾਲ ਮਲਟੀਪਲਾਈ ਕਰ ਲਓ, ਕਿੰਨੀ ਵਾਰ ਅਕਾਲ ਪੁਰਖ ਵਾਹਿਗੁਰੂ ਨੂੰ ਸਹਿਜ ਸੁਭਾਅ ਹੀ ਯਾਦ ਕਰ ਲਿਆ। ਔਰ ਇਹ ਵਡਿਆਈ ਹੈ ਸਤਿਗੁਰੂ ਦੀ, ਐਵੇਂ ਨਹੀਂ ਇਹ ਸਮਾਗਮ ਕਰਵਾਏ ਜਾਂਦੇ। ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਰੰਗੀਲਾ ਸਾਹਿਬ, ਇਹਨਾਂ 'ਤੇ ਇੱਕ ਨਜ਼ਰੇ ਰਹਿਮਤ ਹੈ ਸਤਿਗੁਰੂ ਦੀ। ਇੱਕ ਜਿਹੜੀ ਇਹਨਾਂ ਦੀ ਸ਼ੈਲੀ ਹੈ ਨਾ, ਵਿਆਖਿਆ ਸ਼ੈਲੀ ਕੀਰਤਨ ਦੀ, ਬਹੁਤ ਘੱਟ ਜਥਿਆਂ ਨੂੰ ਮਿਲੀ ਹੈ। ਉਂਗਲਾਂ 'ਤੇ ਗਿਣਨਯੋਗ ਜਥੇ ਨੇ ਜਿਹਨਾਂ ਕੋਲ ਵਿਆਖਿਆ ਸ਼ੈਲੀ ਹੈ। ਇਕੱਲਾ ਕੀਰਤਨ 'ਤੇ ਹੈ, ਪਰ ਜਦੋਂ ਇਹਨਾਂ ਨਵੀਆਂ ਨਵੀਆਂ ਸੀਡੀਜ਼ ਆਉਣ ਲੱਗੀਆਂ ਨਾ, ਮੈਂ ਵੇਖਿਆ ਚਾਢਾ ਸਾਹਿਬ ਬੈਠੇ ਨੇ, ਇਹਨਾਂ ਨੂੰ ਵੀ ਪਤਾ। ਜਦੋਂ ਇਹ ਨਵੀਆਂ 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 ਸੀਡੀਜ਼ ਆਈਆਂ ਨਾ, ਜਦੋਂ ਸੀਡੀ ਦਾ ਯੁੱਗ ਸੀ, ਅਤੇ ਸੰਗਤ ਨੇ ਨਾ ਇਹਨਾਂ ਨੂੰ ਸਿਰ ਮੱਥੇ 'ਤੇ ਬਿਠਾ ਲਿਆ, ਅੱਖਾਂ 'ਤੇ ਬਿਠਾ ਲਿਆ, ਬੜਾ ਸਤਿਕਾਰ ਦਿੱਤਾ ਦੇਸ਼ ਅਤੇ ਵਿਦੇਸ਼ ਦੀ ਸੰਗਤ ਨੇ। ਪਰ ਉਹਦੇ ਵਿੱਚੋਂ ਨਿਕਲਿਆ ਕੀ? ਉਹਦੇ ਵਿੱਚੋਂ ਨਿਕਲਿਆ ਪਰਉਪਕਾਰ। ਜਿਹੜੀ ਆ ਪਰਉਪਕਾਰ ਦੀ ਭਾਵਨਾ, ਅੱਜ ਤੁਸੀਂ ਜਿਹੜੀਆਂ ਸ਼ਾਦੀਆਂ ਹੋਈਆਂ 30, ਔਰ ਇੱਕ ਨਿਕਾਹ ਹੋਇਆ, ਇੱਕ ਵੱਡੀ ਪਰਉਪਕਾਰ ਦੀ ਭਾਵਨਾ ਨਿਕਲੀ, ਜਿਹੜੀ ਸੰਗਤੀ ਰੂਪ ਵਿੱਚ ਸੰਗਤ ਕਰਵਾਉਂਦੀ ਹੈ। ਆਪ ਨਹੀਂ ਕਰਦੇ, ਸੰਗਤ ਹੱਥ ਦੇ ਕੇ ਕਰਵਾਉਂਦੀ ਹੈ। 2 ਅਕੈਡਮੀ ਚੱਲ ਰਹੀਆਂ ਨੇ, ਇੱਕ ਅਕੈਡਮੀ ਇੱਥੇ ਚੱਲ ਰਹੀ ਹੈ ਗੁਰਮਤ ਵਿਦਿਆਲਾ, ਔਰ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਹਰਿਰਾਜ ਸਾਹਿਬ ਦੇ ਨਾਂ 'ਤੇ ਕੀਰਤਨ ਅਕੈਡਮੀ ਚੱਲ ਰਹੀ ਆ। ਇਹ ਵੱਡੇ ਕਾਰਜ ਨੇ। ਮੈਂ ਇੱਕ ਦਿਨ ਪੁੱਛਦਾ ਸਾਂ, ਤੁਸੀਂ ਹੁਣ ਤੱਕ ਸੈਂਕੜੇ ਵਿਦਿਆਰਥੀ ਤਿਆਰ ਕਰ ਦਿੱਤੇ। ਲਗਭਗ 2 ਅਕੈਡਮੀ 'ਚ 400 ਵਿਦਿਆਰਥੀ ਆਉਂਦੇ ਨੇ ਡੇਲੀ ਕੀਰਤਨ ਸਿੱਖਣ, ਅਤੇ ਉਹ ਜਥੇ ਜਦੋਂ ਬਣਾ ਕੇ ਜਾਂਦੇ ਹੋਣਗੇ, ਕਿੰਨਿਆਂ ਨੂੰ ਤੁਸੀਂ ਰੁਜ਼ਗਾਰ ਦੇ ਦਿੱਤਾ, ਸਹਿਜ ਸੁਭਾਈ ਦੇ ਦਿੱਤਾ। ਸਹਿਜ ਸੁਭਾਅ ਰੁਜ਼ਗਾਰ ਦੇਣਾ ਕੋਈ ਸੌਖੀ ਗੱਲ ਨਹੀਂ ਹੈ। ਸਰਕਾਰ ਨੂੰ 400 ਬੰਦੇ ਨੂੰ ਨੌਕਰੀ ਦੇਣੀ ਪੈਂਦੀ ਤੇ ਬੜਾ ਕੁਝ ਹੁੰਦਾ ਹੈ, ਤੁਸੀਂ ਸਹਿਜ ਸੁਭਾਈ 400 ਬੰਦੇ ਨੂੰ ਰੁਜ਼ਗਾਰ ਦੇ ਦਿੱਤਾ। ਇਹ ਕਿਸਨੇ ਕਿਰਪਾ ਕੀਤੀ? ਇਹ ਕਿਹਨੇ ਕਿਰਪਾ ਕੀਤੀ? ਇਹ ਗੁਰੂ ਨੇ ਕਰਵਾਈ। ਜੇ ਅੱਖਾਂ ਦੇ ਕੈਂਪ ਲਾਉਂਦੇ ਹੋ, ਉਹਦੇ 'ਤੇ ਵੀ ਲੱਖਾਂ ਰੁਪਏ ਖਰਚਦੇ ਹੋ। ਮੈਂ ਇੱਕ ਦਿਨ ਪੁੱਛਦਾ ਪਿਆ ਸਾਂ, ਕਹਿੰਦੇ 51 ਕੈਂਪ 3-3 ਮਹੀਨੇ ਦੇ ਕੀਰਤਨ ਦੇ ਲਗਾ ਦਿੱਤੇ, ਔਰ 3 ਮਹੀਨਿਆਂ ਵਿੱਚ ਅਸੀਂ ਕਹਿੰਦੇ ਕੀਰਤਨੀਆਂ ਵੀ ਤਿਆਰ ਕਰ ਦਿੱਤੇ। 3 ਮਹੀਨੇ ਵਿੱਚ ਕੀਰਤਨੀਆਂ ਤਿਆਰ ਕਰ ਦੇਣਾ ਪਿੰਡਾਂ ਵਿੱਚ ਦੂਰ ਦੁਰਾਡੇ ਜਾ ਕੇ। ਔਰ ਇਹ ਸਤਿਗੁਰੂ ਨੇ ਇੱਕ ਰਹਿਮਤ ਕੀਤੀ। ਇੱਕ ਨਗਰ ਚੁਣਿਆ, ਪਹਾੜ ਦੇ ਪੈਰਾਂ ਵਿੱਚ ਇੱਕ ਪਿੰਡ ਚੁਣਿਆ, ਜਿੱਥੇ ਗੁਰੂ ਘਰ ਦੀ ਇਮਾਰਤ ਬਣਾਈ। ਮੈਂ ਬੇਨਤੀ ਕਰਾਂ, ਮੈਂ ਪੁੱਛਦਾ ਸਾਂ ਬਲਵਿੰਦਰ ਭਾਈ ਸਾਹਿਬ ਹੋਰਾਂ ਨੂੰ ਕਿ ਤੁਹਾਡੇ 'ਤੇ ਕਿਰਪਾ ਕਿਹਨੇ ਕੀਤੀ? ਕਹਿੰਦੇ ਮੇਰੇ 'ਤੇ ਧੰਨ ਗੁਰੂ ਰਾਮਦਾਸ ਜੀ ਨੇ ਤਰਸ ਕੀਤਾ, ਕਿਰਪਾ ਇਕੱਲੀ ਨਹੀਂ ਕੀਤੀ, ਮੇਰੇ 'ਤੇ ਤਰਸ ਕਰ ਲਿਆ। ਮੈਂ ਤਾਂ ਬਹੁਤ ਗਰੀਬ ਘਰ 'ਚੋਂ ਉੱਠਿਆ ਸਾਂ, ਮੈਂ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੂੰ ਵੀ ਮਿਲਿਆ, ਮੈਂ ਇਹਨਾਂ ਦੇ ਸਤਿਕਾਰਯੋਗ ਮਾਤਾ ਜੀ ਨੂੰ ਵੀ ਮਿਲਿਆ। ਮੈਨੂੰ ਇਹਨਾਂ ਦੇ ਨਗਰ ਵਿੱਚ ਜਾਣ ਦਾ ਵੀ ਮੌਕਾ ਮਿਲਿਆ ਜਿੱਥੇ ਇਹਨਾਂ ਦਾ ਜਨਮ ਹੋਇਆ, ਕਿਉਂਕਿ ਬਾਬਾ ਮੱਖਣ ਸ਼ਾਹ ਲਵਾਣਾ, ਉਹ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਲਾਧੋਰੇ ਆਖਿਆ ਸੀ, ਅਤੇ ਇਹਨਾਂ ਨੇ ਸਤਿਗੁਰੂ ਦੀ ਉਸਤਤ 'ਤੇ ਉਪਮਾ ਕੀਤੀ ਸਾਰੀ ਜ਼ਿੰਦਗੀ, ਇਸੇ ਪਾਸੇ ਲਾ ਤੇ ਉਸਤਤ ਕਰਦੇ ਆਈ। ਔਰ ਗੁਰੂ ਨੇ ਐਡੀ ਕਿਰਪਾ ਕੀਤੀ ਹੈ, ਚਾਹੇ ਦੇਸ਼ 'ਚ ਵਿਚਰਦੇ ਨੇ, ਚਾਹੇ ਵਿਦੇਸ਼ 'ਚ ਵਿਚਰਦੇ ਨੇ। ਮੈਨੂੰ ਤੁਸੀਂ ਚੰਡੀਗੜ੍ਹ ਵਾਲੇ ਇਸ ਕਰਕੇ ਵੀ ਚੰਗੇ ਲੱਗਦੇ ਹੋ ਕਿ ਤੁਸੀਂ ਭਾਈ ਵਰਿੰਦਰ ਸਿੰਘ ਰੰਗੀਲਾ ਜੀ ਨੂੰ ਆਪਣੀ ਬੁੱਕਲ ਵਿੱਚ ਰੱਖਿਆ ਹੋਇਆ। ਜਿਹੜਾ ਮਨੁੱਖ ਇੱਕ ਚੰਗੇ ਮਨੁੱਖ ਨੂੰ, ਕਿਉਂਕਿ ਇਹਨਾਂ ਨੇ ਜਿਹੜੇ ਪਰਉਪਕਾਰ ਦੇ ਕਾਰਜ ਕਰਦੇ ਨੇ, ਇਹ ਆਪਣੇ ਆਪ ਵੀ ਜੀ ਬੜੇ ਵੱਡੇ ਕਾਰਜ ਨੇ। ਫ੍ਰੀ ਮੈਡੀਕਲ ਕੈਂਪ ਲਾਉਣੇ, ਅੱਖਾਂ ਦੇ ਕੈਂਪ ਲਾਉਣੇ,
ਔਰ ਦੂਰ ਦੁਰਾਡੇ ਜਾ ਕੇ ਤਿਆਰ ਕਰਨੇ ਬੱਚੇ ਕੋਈ ਛੋਟੀ ਗੱਲ ਨਹੀਂ ਹੁੰਦੀ ਤੇ ਫਿਰ ਉਹਦੇ ਲਈ ਤੁਹਾਡੇ ਕੋਲੋਂ ਮਾਇਆ ਨਹੀਂ ਮੰਗਣੀ ਸੰਗਤ ਨੇ ਆਪਣੇ ਆਪ ਸਹਿਯੋਗ ਦੇਣਾ ਮੈਂ ਵੇਖ ਰਿਹਾ ਦੇਸ਼ ਵਿਦੇਸ਼ ਦੀ ਸੰਗਤ ਵੀ ਆਈ ਹੋਈ ਹੈ ਇਹਨਾਂ ਵਿਆਹਾਂ ਤੇ ਹਰ ਸਾਲ ਹੀ ਆਉਂਦੀ ਹੈ ਔਰ ਸਾਰਾ ਸਾਲ ਹੀ ਸੰਗਤ ਵਿੱਚ ਵਿਚਰਦੇ ਨੇ ਗੁਰੂ ਇਹਨਾਂ ਤੇ ਰਹਿਮਤ ਤੇ ਕਿਰਪਾ ਬਣਾਈ ਰੱਖਣ ਅਜਿਹੇ ਕੀਰਤਨੀਆਂ ਦੀ ਅੱਜ ਲੋੜ ਹੈ ਜਿਹੜੇ ਪ੍ਰਚਾਰਕ ਹੁੰਦੇ ਹੋਏ ਪਰਉਪਕਾਰ ਦੇ ਕਾਰਜ ਵੀ ਕਰਨ ਮਨੁੱਖਤਾ ਦੇ ਭਲੇ ਦੇ ਕਾਰਜ ਵੀ ਕਰਨ ਇਹ ਸਿੱਖ ਧਰਮ ਦਾ ਇੱਕ ਸਭ ਤੋਂ ਵੱਡਾ ਨਾਰਾ ਹੈ ਸਰਬੱਤ ਦਾ ਭਲਾ ਇਹਦੇ ਵਿੱਚ ਸਰਬੱਤ ਦੇ ਭਲੇ ਦੀ ਖੁਸ਼ਬੂ ਤੇ ਮਹਿਕ ਆਉਂਦੀ ਹੈ ਇਸ ਖੁਸ਼ਬੂ ਤੇ ਮਹਿਕ ਲਈ ਹਰ ਸਿੱਖ ਨੂੰ ਇਹਨਾਂ ਤੋਂ ਪ੍ਰਚਾਰਕ ਬਣਨਾ ਸਿੱਖਣਾ ਚਾਹੀਦਾ ਮੈਂ ਬੇਨਤੀ ਕਰਾਂਗਾ ਕਿੰਨੇ ਰਾਗੀ ਜਥੇ ਨੇ ਜੇ ਅਜਿਹੇ ਕਾਰਜ ਕਰਨ ਲੱਗ ਜਾਣ ਤੇ ਕਿੱਡੀ ਵੱਡੀ ਸਤਿਗੁਰੂ ਦੀ ਰਹਿਮਤ ਵਰਤੇਗੀ ਪਰ ਇਹਨਾਂ ਤੇ ਇੱਕ ਬਖਸ਼ਿਸ਼ ਹੈ ਮੈਂ ਅਰਦਾਸ ਕਰਾਂਗਾ ਇਹਨਾਂ ਦੀ ਲੰਬੀ ਆਜੂ ਲਈ ਔਰ ਗੁਰੂ ਅੱਗੇ ਬੇਨਤੀ ਕਰਾਂਗਾ ਭਾਈ ਗੁਰਸੇਵਕ ਸਿੰਘ ਰੰਗੀਲਾ ਇਹਨਾਂ ਦਾ ਭਾਈ ਸੁਰਿੰਦਰ ਸਿੰਘ ਰੰਗੀਲਾ ਸਤਿਗੁਰੂ ਇਹਨਾਂ ਨੂੰ ਰਹਿਮਤ ਤੇ ਬਖਸ਼ਿਸ਼ ਕਰਨ ਗੁਰੂ ਚਰਨਾਂ ਵਿੱਚ ਇੱਕੋ ਅਰਦਾਸ ਹੈ ਨਾਨਕ ਨਾਉ ਖੁਦਾਏ ਕਾ ਦਿਲ ਹੱਛੇ ਮੁਖਲੇ ਹੋ ਅਮਰ ਦਰਵਾਜ਼ੇ ਦੁਨੀ ਕੇ ਝੂਠੇ ਅਮਲ ਕਰੇ ਹੋ ਸਤਿਗੁਰੂ ਇਹਨਾਂ ਤੋਂ ਅਜਿਹੇ ਕਾਰਜ ਕਰਵਾਉਂਦੇ ਰਹਿਣ ਇਹ ਪਰਉਪਕਾਰੀ ਕਾਰਜਾਂ ਵਿੱਚ ਆਪਣਾ ਜੀਵਨ ਬਤੀਤ ਕਰ ਜਾਣ ਇਸੇ ਤਰ੍ਹਾਂ ਹੀ ਸਿੱਖ ਪੰਥ ਦੀ ਸੇਵਾ ਕਰਦੇ ਰਹਿਣ ਗੁਰੂ ਰਹਿਮਤ ਤੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।